ਬਾਹਰ ਜਾ ਕੇ ਮੁੜ ਕੇ ਉਧਰ ਸਟੇਟਸ ਪਾਉਂਦੇ ਆ ਮੈਂ ਤਾਂ ਵਰਕ ਤੇ ਆ ਫਿਰ ਕੰਮ ਤੇ ਨਹੀਂ ਆਦੇ ਮੈਂ ਵਰਕ ਤੇ ਆ ਇਧਰ ਵਰਕ ਨਹੀਂ ਕਰ ਇਧਰ ਨਹੀਂ ਵਰਕ ਕਰਦੇ ਇੱਥੇ ਦਾ ਜੇ ਮੇਰੇ ਵਰਗਾ ਕੋਈ ਦਾ ਬਠਲ ਚੱਤੀ ਫਿਰਦਾ ਹੋਵੇ ਆਖਣ ਵੀ ਲੈ ਬਾਤਸ ਲੱਗ ਗਿਆ ਤੀਵੀਂ ਥੱਲੇ ਤੇ ਬਾਹਰ ਦੇ ਆ ਕੇ ਮੈਂ ਜੋ ਟਾਇਲਟਾਂ ਸਾਫ ਕਰਦੇ ਆ ਇਹ ਕਾਹ ਦੀ ਗੱਲ ਬਹੁਤ ਚੱਲਦੇ ਵਈ ਤੀਵੀਂ ਥੱਲੇ ਵਾਲੀ ਹਾਂ ਮੇਰੀ ਗੱਲ ਸੁਣ ਲੈ ਭਾਈ ਯਾਰ ਮੇਰੇ ਹੁਣ ਘਰੋਂ ਆ ਉਹ ਆਪ ਦਾ ਜੌਬ ਤੇ ਲੱਗੀ ਉਹਦੀ ਚੰਗੀ ਗ੍ਰੈਜੂਏਸ਼ਨ ਆ ਮੈਂ ਉਹਨੂੰ ਕਦੇ ਨਹੀਂ ਰੋਕਿਆ ਵੀ ਆਪਦਾ ਟੁਕਰ ਆਉਦੀ ਪੜ੍ਹਾਈ ਕਰੋ ਦੋਨੇ ਮਾਂ ਪੁੱਤ ਜਾਂਦੇ ਆ ਸਵੇਰ ਉਹ ਪੜਾਉਂਦੀ ਆ ਉੱਥੇ ਬੱਚਾ ਮੇਰਾ ਉੱਥੇ ਪੜ੍ਹਦਾ 12 13 ਸਾਲ ਦਾ ਠੀਕ ਆ ਤੇ ਮੇਰਾ ਭਾਈ ਸ਼ੌਂਕ ਆ ਕੋੜੀਆਂ ਦਾ ਜਾਂ ਮੇਰਾ ਮੱਜਾਂ ਦਾ ਸ਼ੌਂਕ ਆ ਤੇ ਸਾਡੇ ਕੋਏ ਕੂੜਾ ਨਹੀਂ ਜਿਹੜੀ ਸੱਟਦੀ ਸਾਡੀ ਪਰਜਾਈ ਆ ਉਹ ਵਿਚਾਰੀ ਬਿਮਾਰ ਹੋ ਗਈ ਲੈ ਮੈਂ ਤੈਨੂੰ ਆਪਦੀ ਗੱਲ ਦੱਸਦਾ ਹਾਂ ਅੱਛਾ ਉਹ ਬਿਮਾਰ ਹੋ ਗਈ ਮੈਂ ਉਹਦੇ ਕੋਲੇ ਗਿਆ ਮੈਂ ਕਿਹਾ ਵੀ ਭਾਬੀ ਤੂੰ ਕੱਲ ਨਹੀਂ ਆਈ ਸੱਟਣਾ ਕੂੜਾ ਆਪਣਾ ਉਹਦੀ ਵੀ ਮਾਦਰ ਤੇ ਲੀਆ ਇੱਕ ਦੋ ਦਿਨ ਜਾਂ ਤਾਂ ਤੁਸੀਂ ਮਗਰ ਢੇਰੀਆਂ ਲਾ ਦਿਓ ਜਾਂ ਕੋਈ ਆਪਦਾ ਹੱਲ ਕਰ ਲਓ। ਹਾਂ। ਬਾਈ ਅਸੀਂ ਦੋ ਦਿਨ ਦੋ ਤਿੰਨ ਦਿਨ ਦੋਹਾਂ ਪਰਵਾਂ ਨੇ ਸਿੱਟਿਆ ਗੂਆ ਗੂੜਾ ਕੀੜੀ ਕੀ ਗੱਲ ਆ ਯਾਰ ਆਪਦਾ ਕੰਮ ਆ। ਸਹੀ ਗੱਲ ਆ ਕੰਮ ਦਾ ਤਾਂ ਕੋਈ ਕੰਮ ਹੀ ਨਹੀਂ ਆਣੀ। ਨਹੀਂ ਉਹ ਪਸ਼ੂਆਂ ਥੱਲੇ ਕੀੜੇ ਬਹਿ ਜਾਣਗੇ। ਇਨਫੈਕਸ਼ਨ ਹੋ ਜੂਗੀ ਪਸ਼ੂ ਬਿਮਾਰ ਹੋ ਜਾਣਗੇ। ਅਸੀਂ ਤਿੰਨ ਦਿਨ ਸਿੱਟੇ ਸਾਡੇ ਪਿੰਡਾਂ ਦਾ ਹੀ ਬੱਸ ਪਰਝਾਈ ਨੂੰ ਚਕਾਗਾ ਬੱਠਲ ਪਰਝਾਈ ਤਾਂ ਮੈਂ ਤੇਰੀ ਘਰੇ ਹੀ ਨਹੀਂ। ਉਹ ਮੈਂ 18-20000 ਰੁਪਏ ਤਨਖਾਹ ਲੈਂਦੀ ਉਹ ਆ ਤੇ ਕੰਮ ਤੇ ਗਈ ਆ ਮੈਂ। ਉਜਾ ਉਹ ਇਹ ਤਾਂ ਤੂੰ ਸਿੱਟੀ ਜਾਣਾ ਕੋ ਕੁੜਾ ਲੈ ਮੈਂ ਕਿਹਾ ਮੈਂ ਕਿਹੜਾ ਮੈਂ ਕਿਹਾ ਅੜਵਾਨੀ ਕਾ ਸ਼ੋਰਾਂ ਉਹ ਹੀ ਲਾਪੇ ਦਾ ਮੁੰਡਾ ਮੈਂ ਆ ਮੈਂ ਕਿਹਾ ਮੈਂ ਵੀ ਗੂਹੇ ਗੂੜੇ ਜਣ ਚਿੱਟੂਗਾ ਹੋਰ ਕੀ ਕਰੂੰਗਾ ਹੈ ਲੋਕ ਯਾਰ ਹਾਈ ਬੜੇ ਇੱਥੇ ਕੰਮ ਕਰਨਾ ਨਹੀਂ ਬਾਹਰ ਜਾ ਕੇ ਉਧਰ ਆ ਦੇਣਗੇ ਵਰਕ ਤੇ ਆ ਕੰਮ ਪਛਾ ਭਾਈ ਫੇਰ ਪੰਜਾਬ ਚ ਲਈ ਲੱਗ ਪੋਣਾ ਬਾਲਾ ਓਕੇ ਭਾਈ ਉਹ ਸੁਣ ਲਾ ਹੁਣ ਇੱਕ ਬੰਦਾ ਉਹਦੇ ਕੋਲੇ ਦੋ ਤੋਂ ਤਿੰਨ ਕਿੱਲੇ ਪੈਲੀ ਆ ਉਹ ਬੰਦੇ ਦਾ ਦੋ ਤਿੰਨ ਕਿੱਲਾਂ ਤੇ ਇੱਥੇ ਵਿਚਾਰੇ ਦਾ ਪਰਿਵਾਰ ਨਹੀਂ ਪਾਲਦਾ ਹੁਣੇ ਚਲੋ ਔਖਾ ਸੌਖਾ ਹੋ ਗਿਆ ਉਹਦਾ ਪਰਿਵਾਰ ਪਾਲ ਲਿਆ ਹੁਣੇ ਆਪਦੇ ਬੱਚੇ ਨੂੰ ਪਲੱਸ 2 ਜਾਂ ਬੀਏ ਕਰਾਈ ਨਾਲ ਆਈਲੈਂਟਸ ਕਰਾਤੀ ਉਹਦਾ ਮੁੰਡਾ ਜਾਂ ਕੁੜੀ ਕੋਈ ਵੀ ਉਹ ਕਲੀਅਰ ਕਰ ਗਿਆ ਹੂੰ ਉਹਦੀ ਤਾਂ ਵਿਚਾਰੇ ਦੀ ਮਜਬੂਰੀ ਆ ਅਭੀ ਉਹ ਤਿੰਨ ਦਿਨਾਂ ਦਾ ਟਾਈਮ ਪਾਸ ਹੋਣਾ 2.5 ਦਿਨਾਂ ਕਿੱਲਾਂ ਤੇ ਕਿੰਨਾ ਕੁ ਟਾਈਮ ਪਾਸ ਹੋ ਜਾਊ ਆਪਾਂ ਵੀ ਹੁਣ ਕਰਦੇ ਟਾਈਮ ਪਾਸ ਆਪਾਂ ਨੂੰ ਵੀ ਪਤਾ ਹੀ ਆ ਹਰੇਕ ਦਿਨ ਰਸੋਈ ਦਾ 500 ਤੋਂ 700 ਰੁਪਏ ਖਰਚ ਜਾਂਦਾ ਤਾਂ ਹੁਣੇ ਚਲੋ ਵਿਚੋ ਵਿਚਾਰੇ ਨੇ ਇੱਕ ਕਿਲਾ ਗਿਆ ਨੂੰ ਵੇਚਿਆ 25-28 ਲੱਖ ਰੁਪਏ ਤਿਆਰ ਕਰੇ ਮੁੰਡੇ ਨੂੰ ਬਾਹਰ ਕੱਲ ਤਾਂ ਚਲੋ ਰੋਟੀ ਪੈ ਗਿਆ ਉਹ ਇਧਰ ਦਾ ਪੰਜਾਬ ਦਾ ਇੰਡੀਆ ਦਾ 30000 ਰੁਪਿਆ ਬਣਾਉਂਦਾ ਚਲ ਕੋਸ 20000 ਰੁਪਿਆ ਆਪਣੇ ਮਾਂ ਪਿਓ ਨੂੰ ਘਾਲ ਦਿੰਦਾ ਕੋਸ ਉਧਰ ਆਉਦਾ ਟਾਈਮ ਟੱਪਾਉਂਦਾ ਹਾਂ ਉਹਦੀ ਤਾਂ ਮਜਬੂਰੀ ਆ 159 ਕਿਲਿਆਂ ਦਾ ਮਾਲਕ ਆ ਉਹਦੇ ਇੱਥੇ ਤਾਂ ਤਿੰਨ ਨੌਕਰ ਕੰਮ ਕਰਦੇ ਆ ਆਈਲੈਂਡ ਸੀ ਉਹ ਕਰਦਾ ਪਹਿਲਾਂ ਤਾਂ ਉਹ ਤਿੰਨ ਵੇਰੀਆਂ ਜਾਈਲੈਂਸ ਨਹੀਂ ਕਲੀਅਰ ਹੁੰਦੀ ਤਿੰਨ ਫੀਸਾਂ ਉਹ ਬਹਿ ਜਾਂਦੀਆਂ ਮੁੜ ਕੇ ਕੀ ਕਹਿੰਦੇ ਉਹਦੇ ਘਰ ਦੇ ਚਲ ਕੋਣੀ ਪੁੱਤ ਆ ਪਾਈਲੈਂਸ ਵਾਲੀ ਕੁੜੀ ਭਾਲ ਲੈਣੇ ਫਿਰ ਉਹ ਕੁੜੀ ਭਾਲਦੇ ਆਈਲੈਂਡਸ ਵਾਲੀ ਫਿਰ ਉਹ ਕੁੜੀ ਤੇ ਆ ਜਾਂਦੀ ਐ ਫਿਰ ਉਹਨੂੰ 40 ਲੱਖ ਰੁਪਈਆ ਦਿੰਦੇ ਐ ਕੁੜੀ ਵਾਲਿਆਂ ਨੂੰ ਕਿਉਂ ਕੁੜੀ ਛੋਟੇ ਘਰ ਦੀ ਭਲ ਨਹੀਂ ਪੈਂਦੀ ਐ ਭਾਈ ਤਕਰੀਬਨ ਜਿਹੜਾ ਇਹ ਪੜ੍ਹਾਈ ਐ ਨਾ ਇਹ ਛੋਟੇ ਪਰਿਵਾਰ ਦੇ ਬੱਚੇ ਕਰਦੇ ਐ ਵਾਟਾਂ 'ਚ ਤਾਂ ਥੋੜਾ ਜਿਹਾ ਜ਼ਮੀਨ ਵਾਲਾ ਕਿੱਲਾ ਹੈਗਾ ਸਾਡੇ ਤੋਂ ਹੁਣ ਚਾਹੇ ਜੇ ਪੰਜਾਬੀਆਂ ਦੇ ਅੱਛਾ ਉਹ ਕੁੜੀ ਭਾਲੀ ਉਹ ਤੇ 30-35 ਲੱਖ ਰੁਪਈਆ ਖਰਚ ਕਰਿਆ ਜੇਦੋਂ ਕੁੜੀ ਚੰਗੇ ਘਰ ਦੀ ਮਿਲ ਗਈ ਖਾਨਦਾਨ ਦੀ ਫਿਰ ਤੋਂ ਬਾਹਰ ਜਾ ਕੇ ਉਹ ਮੁੰਡੇ ਨੂੰ ਸੱਦ ਲੂਗੀ ਜੇ ਉਹ ਕੁੜੀ ਦੇ ਕੋਈ ਉਧਰ ਜਾ ਕੇ ਮਨਚ ਬੇਈਮਾਨੀ ਹੋ ਗਈ ਫਿਰ ਮਗਰੋਂ ਤੇਰੇ ਮੇਰੇ ਵਰਗੇ ਨੂੰ ਖਬਰਾਂ ਲਵਾਉਂਦੇ ਫਿਰਦੇ ਆ ਸਾਡੇ ਨਾਲ ਤਾਂ ਈ ੱਟਕਾ ਹੋ ਗਿਆ ਸਾਡੇ ਕੋਲੇ ਬਹੁਤਾ ਹੋ ਗਿਆ ਆਉਂਦੇ ਹਨ ਹਾਂ ੱਟਕਾ ਕਰੋ ਹੀ ਨਾ ਹਾਂ 40 ਲੱਖ ਰੁਪਏ ਦਾ ਇੱਥੇ ਦੁਕਾਨ ਕਰ ਲਾ ਕੇ ਰਿਆਂਦੇ ਦੀ ਹਾਂ ਜਿਵੇਂ ਸਾਡੇ ਪਿੰਡ ਵਾਲਾ ਜਿੰਦਰ ਸ਼ੈਟ ਬੈਠਾ ਚਾਹ ਗੋੜ ਵੇਚੀ ਜਾਂਦਾ ਮੈਂ ਤੂੰ ਵੇਚੀ ਜਾ